ਭਾਜੀ ਤੇ ਸਾਹਮਣੇ ਠੇਕਾ ਹੈਗਾ ਵਾ ਸਾਡੀ ਆ ਦੁਕਾਨ ਸਾਹਮਣੇ ਆ ਦੁਕਾਨਦਾਰੀ ਕਰਨੀ ਕੰਮ ਕਰਨਾ ਹੈ ਪੰਜ ਸਾਲ ਹੋ ਗਏ ਭਾਈ ਠੇਕੇ ਆ ਕੇ ਰੋਜ਼ ਸਾਡੀ ਲੜਾਈ ਹੁੰਦੀ ਹੈ ਅਸੀਂ ਦੇਖੋ ਕਿੰਨੀਆਂ ਦੀ ਗੱਲਾਂ ਸਹੀ ਹੈ ਇਹ ਨਸ਼ੇੜੀ ਹੈਗੇ ਆ ਜੇ ਬੀਬੀ ਸ਼ਰਾਬ ਪੀਂਦੇ ਆ ਉਹਨਾਂ ਅਸੀਂ ਲੜਨ ਦੇ ਸਾਨੂੰ ਲੜਨ ਸ਼ਰਮ ਆਉਂਦੀ ਉਹਨਾਂ ਦੇ ਨਾਲ ਕਿਹੜੇ ਏਰੀਆ 'ਚ ਠੇਕਾ ਆ ਆਹ ਨਿਊ ਦਸ਼ਮੇਸ਼ ਨਗਰ ਘਾਹ ਮੰਡੀ ਰੋਡ ਮੇਜਰ ਕਲੋਨੀ ਦੇ ਅੱਗੇ ਜੇ ਕੀਤਾ ਕਲੋਨੀ ਨਖਲੇ ਬਾਗ ਰੋਡ ਜਾਂਦੀ ਹੈ ਤੁਸੀਂ ਦੇਖੋਗੇ ਭਾਈ ਜਿਨੇ ਆਇਓ ਆ ਬਿਲਕੁਲ ਸਾਹਮਣੇ 100 ਮੀਟਰ ਦੂਰ ਸਾਹਮਣੇ ਗੁਰਦੁਆਰਾ ਸਾਹਿਬ ਹੈ ਅੱਛਾ ਜੀ ਬਿਲਕੁਲ ਸਾਹਮਣੇ ਗੁਰਦੁਆਰਾ ਆ ਆ ਆਪਣੇ ਪਿੱਛੇ ਜਾਓਗੇ ਸਾਹਮਣੇ ਇੱਕ ਹੋਰ ਗੁਰਦੁਆਰਾ ਆ ਆ ਟਰਨ ਤੋਂ ਆਪਾਂ ਲੈਫਟ ਮੁੜਾਂਗੇ ਸਾਹਮਣੇ ਦੋ ਮਾਤਾ ਦੇ ਮੰਦਰ ਹੈਗੇ ਨੇ ਤੇ ਉਹਦੇ ਵਿੱਚੋਂ ਵਿੱਚ ਰੋਮ ਮੰਦਰ ਹੈਗਾ ਆ ਤੇ ਸਾਡਾ ਤੁਸੀਂ ਗੌਰ ਕਰੋਗੇ ਸ਼ਾਮ ਮਾਮਲਾ ਕੀ ਹੋਇਆ ਦੁਕਾਨ ਸਾਡੀ ਖੁੱਲੀ ਸੀਗੀ ਰਿਕਸ਼ੇ ਦੇ ਬੈਠ ਰਹੇ ਹੋ ਜਣਾ ਅਸੀਂ ਇਹ ਬੈਠ ਦੁਕਾਨ ਤੇ ਲਾਣੇ ਸੀਗੇ ਮੁੰਡਾ ਸ਼ਰਾਬ ਲੈਣ ਆਇਆ ਠੇਕੇ ਤੇ ਐਕਟਿਵਾ ਖੜੀ ਚਲਾ ਗਿਆ ਸਾਡੀ ਉਹਨੂੰ ਇੰਨੀ ਗੱਲ ਕਹੀ ਕਿ ਐਕਟਿਵਾ ਹਟਾਲਾ ਬੈਠ ਲਾਣੇ ਆ ਉਹ ਨਸ਼ੇ ਸੀਗਾ ਸਾਨੂੰ ਅੱਗੋਂ ਬੋਲ ਪਿਆ ਹੁਣ ਤੁਸੀਂ ਦੱਸੋ ਅਸੀਂ ਕੰਮ ਕਰੀਏ ਤੇ ਉਹਨਾਂ ਦੀ ਗੱਲਾਂ ਵੀ ਸੁਣੀਏ ਆਪਾਂ ਇੱਥੇ ਖੜੇ ਆ ਨਾ ਬਿਲਕੁਲ ਦੁਕਾਨ ਦੀ ਬੈਕ ਸਾਈਡ ਤੇ ਮੰਨੇ ਦੇ ਕੌਂਸਲਰ ਦਾ ਘਰ ਹੈ ਹੁਣ ਤੱਕ ਕੌਂਸਲਰ ਤੇ ਮੌਜੂਦ ਨਹੀਂ ਹੋਏ ਨੇ ਕੌਂਸਲਰ ਸ਼੍ਰੀ ਮਿੰਟੂ ਬਰੇਸ਼ ਮਿੰਟੂ ਜੀ ਹੁਣ ਤੱਕ ਇੱਥੇ ਮੌਜੂਦ ਨਹੀਂ ਹੋਏ ਨੇ ਤੁਸੀਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੂੰ ਦੱਸਿਆ ਤੁਸੀਂ ਉਹਨਾਂ ਨੂੰ ਅਸੀਂ ਇਹਨਾਂ ਕੌਂਸਲਰ ਨੂੰ ਫੋਨ ਨਹੀਂ ਕੀਤਾ ਆ ਸਰ ਬਹੁਤ ਦੂਰ ਤੋਂ ਲੋਕੀ ਆ ਗਏ ਨੇ ਕੌਂਸਲਰ ਪਤਾ ਨਹੀਂ ਲੱਗਾ ਉਹਨਾਂ ਤੱਕ ਪਿਛਲੀ ਗਲੀ ਚੋਂ ਬਿਲਕੁਲ ਪਿਛਲੀ ਜਿਹੜਾ ਵੀ ਤੁਸੀਂ ਦਾਰੂ ਬਾਹਰ ਪੀਂਦਾ ਸੀ ਅਰੇ ਮੁੰਡਾ ਆਪਣਾ ਹੀ ਇੱਥੇ ਕੋਈ ਦਾਰੂ ਬਾਹਰ ਪੀ ਰਿਹਾ ਜਣਾ ਮਨਾ ਕੀਤਾ ਹੋਣਾ ਉਹ ਆਪ ਦੇ ਲਾਈ ਜੇ ਰਗਾ ਇੰਨਾ ਕੁ ਵੱਧ ਗਿਆ ਮਾਹੌਲ ਜਣਾ ਭੰਨਾ ਖਰਾਬ ਹੋ ਗਿਆ ਉੱਥੇ ਹੁਣ ਇਹੀ ਮੱਲੇ ਦਾ ਕਹਿ ਰਹੇ ਆ ਵੀ ਸਾਰੇ ਜਿਹੜੇ ਇੱਕ ਕਰਕੇ ਐਕਸਾਈਜ਼ ਨੂੰ ਦਿਓ ਐਸਐਸਐਸ ਸਾਹਿਬ ਨੂੰ ਮਿਲੋ ਵੀ ਜਿਹੜਾ ਠੇਕਾ ਸ਼ਿਫਟ ਕੀਤਾ ਜਾਵੇ ਮਾਹੌਲ ਨਾ ਖਰਾਬ ਹੋਵੇ ਮੱਲੇ ਦਾ ਇਹੀ ਆਪਾਂ ਮੰਗ ਕਰਦੇ ਆ ਪ੍ਰਸ਼ਾਸਨ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਜੀ ਸਟੈਪ ਜਿੱਦਾਂ ਮੱਲੇ ਵਾਲੇ ਨਾਲ ਤੁਰਨਗੇ ਆਪਾਂ ਸਾਰੇ ਨਾਲ ਆ ਸਾਡੀ ਕਹਿਣ ਦਾ ਮਤਲਬ ਹੈ ਸਾਰਾ ਮਹੱਲਾ ਜਿਹੜਾ ਆ ਇਹਦੇ ਰੂਟਰ ਹੈਗਾ ਹੀ ਆ ਪਰ ਡਰਦਾ ਕੋਈ ਬੋਲਦਾ ਨਹੀਂ ਪਰ ਅੱਜ ਇਹ ਵਾ ਜਿਹੜਾ ਮਾਹੌਲ ਹੀ ਇਦਾਂ ਦਾ ਬਣ ਗਿਆ ਵਾ ਉਹਦੇ ਲਈ ਸਾਰੇ ਮਹੱਲੇ ਸਲਾਹ ਕਰਕੇ ਜਿਹੜਾ ਕਿਸੇ ਪ੍ਰਸ਼ਾਸਨ ਨੂੰ ਜਾਂ ਅਫਸਰ ਨੂੰ ਮਿਲਿਆ ਜਾਏਗਾ ਇਹਦਾ ਕੋਈ ਜਿਹੜਾ ਕਿਤੇ ਸ਼ਿਫਟ ਹੋਰ ਕੀਤਾ ਜਾਵੇ ਉਹ ਡਿਊਟੀ ਅਫਸਰ ਬੁਲਾਇਆ ਨਹੀਂ ਲਾਈਟ ਤੇ ਸਰ ਅੰਦਰ ਜਾਗ ਰਹੀ ਕਿ ਬੰਦੇ ਬੁਲਾ ਨਹੀਂ ਰਹੇ ਤੁਸੀਂ ਬਾਹਰ ਉਹਨਾਂ ਨੂੰ ਉਹ ਤਾਂ ਹੁਣ ਅੰਦਰ ਆ ਉਹ ਆਪਣੇ ਉਹ ਖੋਲਦੇ ਨਹੀਂ ਉਹ ਜਿੱਦਾਂ ਦੱਸ ਰਹੇ ਆ ਕਿ ਉੱਪਰ ਵੀ ਹੈਗੀ ਆ ਰੈਸ਼ ਵਗੈਰਾ ਉੱਪਰ ਹੀ ਰਹਿੰਦੇ ਆ ਕਿਉਂਕਿ ਧਰਨਾ ਲੱਗ ਚੁੱਕਾ ਹੈ ਸਾਰੇ ਲੋਕ ਵੀ ਹਰਾਸ ਹੋ ਰਹੇ ਆ ਲੋਕ ਜਾਮ ਕਰਕੇ ਬੈਠੇ ਪਏ ਆ ਤੁਸੀਂ ਬੁਲਾਓਗੇ ਤਾਂ ਗੱਲਬਾਤ ਹੋਊਗੀ ਉਹਨਾਂ ਦੇ ਨਾਲ ਮੈਂ ਡਿਊਟੀ ਆਪਣਾ ਕੀਤੀ ਆ ਗੱਲ ਕਹਿੰਦਾ ਨਹੀਂ ਤੁਹਾਡੀ ਡਿਊਟੀ ਨਹੀਂ ਬੰਦੀ ਤੁਸੀਂ ਮੌਕੇ ਤੇ ਆਏ ਹੋ ਮੌਕੇ ਤੇ ਕੋਈ ਮਾਹੌਲ ਖਰਾਬ ਹੋ ਜਾਵੇ ਜਿੱਦਾਂ ਮੱਲਾ ਤੱਪਾ ਹੋਇਆ ਪਿਆ ਨਾ ਉਹ ਦੇਖੋ ਬੋਤਲਾਂ ਉਹ ਦਿਖਾਈਏ ਤੁਹਾਨੂੰ ਆਓ ਬੋਤਲਾਂ ਪਈਆਂ ਬਾਹਰ ਗਲਾਸ ਪੇ ਸ਼ਰਾਬ ਦੇ ਮੁੰਡੇ ਨੇ ਇੱਦਾਂ ਪਲਾ ਸਕਦੇ ਜੀ ਹਾਤੇ ਤੋਂ ਬਗੈਰ ਐਕਸਾਈਜ਼ ਪਲਾ ਸਕਦੀ ਸ਼ਰਾਬ